सिख ते मुस्लिम इतिहाद नूं वधाउण वास्ते जिहड़ा 1947 विच जिस तरह उस तो पहले सिख ते मुसलमानां च प्यार मुहब्बत सी, लेकिन 1947 तों बाद कुछ दूरियां पैदा हो गई, कुछ गलत फहमियां पैदा हो गई, तो उहड़ा इतिहास सी घट गया। ਉਹਨੂੰ ਉਸ ਉਹ ਇਤਿਹਾਸ ਦੁਬਾਰਾ ਤੋਂ ਬਣਾਉਣ ਵਾਸਤੇ, ਸਿੱਖ ਮੁਸਲਮਾਨਾਂ ਨੂੰ ਲਾਗੇ ਲਿਆਉਣ ਵਾਸਤੇ ਸਿੱਖ ਅਤੇ ਮੁਸਲਮਾਨ ਦੋਨਾਂ ਵੱਲੋਂ ਇਹੋ ਜਿਹੇ ਕੰਮ ਕੀਤੇ ਜਾਂਦੇ ਹੈ ਤਾਂ ਕਿ ਦੁਬਾਰਾ ਤੋਂ ਇਹ ਦੋਨੇ ਜਿਹੜੇ ਇਤਿਹਾਸ ਕੌਮਾਂ ਇੱਕ ਦੂਸਰੇ ਦੇ ਲਾਗੇ ਆ ਜਾਣ ਅਤੇ ਦੁਬਾਰਾ ਤੋਂ ਉਹਨਾਂ ਦਾ ਉਹੀ ਪਹਿਲੇ ਵਾਲਾ ਪਿਆਰ ਮੁਹੱਬਤ ਵੱਧ ਜਾਏ। ਅਤੇ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਇਸੇ ਤਰ੍ਹਾਂ ਦੀ ਵੀਡੀਓ ਦੇਖਾਂਗੇ ਜਿਹਦੇ 'ਤੇ ਇੱਕ ਮੁਸਲਮਾਨਾਂ ਨੇ ਸਿੱਖ ਵੀਰਾਂ ਵਾਸਤੇ ਇੱਕ ਲੰਗਰ ਦਾ ਇੰਤਜ਼ਾਮ ਕੀਤਾ ਹੈ। ਤੇ ਚਲੋ ਚੱਲ ਕੇ ਵੀਡੀਓ ਦੇਖਦੇ ਆ, ਬਾਕੀ ਗੱਲਾਂ ਅਸੀਂ ਬਾਅਦ ਦੇ ਵਿੱਚ ਕਰਾਂਗੇ ਵੀਡੀਓ ਦੇ। ਦੇਖੋ ਜੋ ਧਰਨਾ ਹੋਇਆ ਸੀ ਨਾ, ਧਰਨੇ ਦੇ ਵਿੱਚ ਜੋ ਪੰਜਾਬ ਦੇ ਵਿੱਚ ਧਰਨਾ ਹੋਇਆ ਸੀ, ਇਹ ਮੁਸਲਮਾਨਾਂ ਨੇ ਇੱਕ ਲੰਗਰ ਲਾਇਆ ਹੋਇਆ, ਖਾਣਾ ਦੇ ਰਹੇ ਹੈ ਧਰਨੇ ਵਿੱਚ ਜਿਹੜੇ ਲੋਕ ਆਏ ਹੈ। ਤਾਂ ਸਾਰੀ ਗੱਲ ਦੂਰੋਂ ਆਏ ਆਪਣੇ ਘਰ ਬਾਹਰ ਛੱਡ ਕੇ, ਬਿਰਿਆਨੀ ਦਿੱਤੀ ਜਾ ਰਹੀ ਜੀ, ਬਿਰਿਆਨੀ ਲੰਗਰ ਚੱਲ ਰਿਹਾ, ਬੜਾ ਸਕੂਨ ਦੇ ਮਾਹੌਲ। ਦੇਖੋ ਜੀ ਪਲੇਟਾਂ ਵਿੱਚ ਪਾ ਕੇ ਲੋਕ ਬਹਿ ਕੇ ਜਿੰਨਾ ਰੱਜ ਕੇ ਖਾ ਰਹੇ ਨੇ। ਆਵਾਜ਼ਾਂ ਮਾਰ ਮਾਰ ਕੇ ਬੁਲਾਇਆ ਜਾ ਰਿਹਾ ਕਿ ਜੀ ਆਓ ਜੀ ਆਓ, ਤੁਹਾਡੇ ਵਾਸਤੇ ਇੰਤਜ਼ਾਮ ਕੀਤਾ ਬਿਹਤਰੀਨ। ਬੱਚੇ ਵੱਡੇ ਜੋ ਵੀ ਆ ਰਹੇ ਹੈ ਇਸ ਲੰਗਰ ਤੋਂ ਲੁਤਫ ਅੰਦੋਜ਼ ਹੋ ਰਹੇ ਹੈ। ਅਤੇ ਮੁਸਲਮਾਨ ਜਿਹੜੇ ਹੈ ਉਹ ਆਪਣੇ ਜਿਹੜੇ ਭਰਾ ਹੈ ਸਿੱਖ ਭਰਾ ਦੂਸਰੇ ਜਿਹੜੇ ਧਰਨੇ 'ਤੇ ਆਏ ਹੈ ਉਹਨਾਂ ਦੀ ਸੇਵਾ ਕਰ ਰਹੇ ਹੈ, ਉਹ ਖਾਣਾ ਦੇ ਰਹੇ ਹੈ। ਕਿੱਥੋਂ ਆਏ ਹੋ ਤੁਸੀਂ? ਮਲੇਰਕੋਟਲੇ ਤੋਂ। ਕਿੰਨੇ ਦਿਨ ਹੋ ਗਿਆ? ਹਾਂਜੀ 3 ਤਰੀਕ ਲਾਇਆ। 3 ਤਰੀਕ ਤੋਂ ਲਾਇਆ ਹੋਇਆ। ਕਿੰਨੇ ਕੁ ਬੰਦੇ ਆਏ ਉੱਥੋਂ ਦੀ ਮਲੇਰਕੋਟਲੇ ਤੋਂ? 100 ਬੰਦੇ ਆਏ ਜੀ, ਸਾਰੇ ਪਿੰਡ ਤੋਂ। ਇੱਥੇ ਹੀ ਲੰਗਰ ਲਾਇਆ, ਹੋਰ ਕਿਤੇ ਵੀ ਲਾਇਆ ਲੰਗਰ? ਅੱਗੇ ਵੀ ਲਾਇਆ, ਹੋਰ ਜਗ੍ਹਾ 'ਤੇ ਵੀ ਲੰਗਰ ਲਾਇਆ। 100 ਬੰਦੇ ਆਏ ਹੈ ਅਤੇ ਉਹਨਾਂ ਨੇ ਲੰਗਰ ਲਾਇਆ ਵੈ, ਕਾਫੀ ਦਿਨਾਂ ਦਾ ਲਾਇਆ। ਕਹਿੰਦੇ 3 ਤਰੀਕ ਕੋਈ ਪਹਿਲੇ 3 ਤਰੀਕ ਹੋਏਗੀ ਉਹਨਾਂ ਦਾ ਲੰਗਰ ਲਾ ਕੇ ਬੈਠੇ। ਦੇਖੋ ਖੁਸ਼ੀ ਨਾਲ ਕੰਮ ਕਰ ਰਹੇ, ਕੋਈ ਦਬਾਓ ਨਹੀਂ ਹੈਗਾ ਉਹਨਾਂ 'ਤੇ, ਆਪਣੀ ਮਰਜ਼ੀ ਨਾਲ ਖੁਸ਼ੀ ਨਾਲ ਆਪਣੇ ਵੀਰਾਂ ਦੀ ਸੇਵਾ ਕਰ ਰਹੇ। ਕੋਈ ਜਿੰਨਾ ਕੁਛ ਚਾਹੇ ਓਨਾ ਖਾਵੇ, ਇਹ ਬੜਾ ਕੰਮ ਹੈ। ਮੁਸਲਮਾਨਾਂ ਨੇ ਇੱਕ ਵਧੀਆ ਕੰਮ ਕੀਤਾ ਵੈ। ਇਹ ਦੇਖੋ ਜੀ ਉਹ ਧਰਨਾ ਵਾ ਜਿੱਥੇ ਸਾਡੇ ਵੀਰ ਆ ਕੇ ਧਰਨਾ ਦੇਣ ਬੈਠੇ, ਇੱਕ ਜਿਹੜਾ ਉਹਨਾਂ ਨਾਲ ਜ਼ਿਆਦਤੀ ਹੋ ਰਹੀ ਹੈ ਪੰਜਾਬ ਦੇ ਵਿੱਚ ਉਹਦੇ ਖਿਲਾਫ, ਇਹ ਉਹ ਮੁਸਲਮਾਨਾਂ ਨੇ ਉਹ ਲਾਇਆ ਦਸਤਰਖਾਨ ਲਾਇਆ ਹੋਇਆ। ਬੱਚੇ ਕੁਛ ਦੇਖੋ ਫਰੂਟ ਦਿੱਤਾ ਜਾ ਰਿਹਾ, ਸਿੱਖ ਵੀਰ ਹੈ ਉਹਨਾਂ ਵੱਲੋਂ ਉਸ ਧਰਨੇ ਵਾਲਿਆਂ ਵਾਸਤੇ ਕੇਲੇ ਦਿੱਤੇ ਜਾ ਰਹੇ, ਜਿਹੜੇ ਕੁਛ ਜੋ ਕੁਛ ਹੈਗਾ ਵੈ ਉਹ ਉਸੇ ਤਰ੍ਹਾਂ ਮਦਦ ਕਰ ਰਿਹਾ ਵੈ। ਬੜੀ ਅੱਛੀ ਗੱਲ ਹੈ, ਬਹੁਤ ਵਧੀਆ ਕੰਮ। ਜੀ ਤੇ ਇਹ ਸੀ ਵੀਡੀਓ, ਦੇਖਿਆ ਤੁਸੀਂ ਕਿ ਮੁਸਲਮਾਨਾਂ ਨੇ ਕੁਛ ਦਿਨ ਪਹਿਲੇ ਮੈਂ ਇੱਕ ਵੀਡੀਓ ਦੇਖੀ ਸੀ ਕਿ ਸਿੱਖ ਭਰਾਵਾਂ ਨੇ ਮੁਸਲਮਾਨ ਵੀਰਾਂ ਦੀ ਪਿਆਰ ਮੁਹੱਬਤ ਵਧਾਉਣ ਵਾਸਤੇ
रोज़ा अफतारी करवाई अपने गुरद्वारे विच, जिहड़ी एक बड़ी वड्डी गल सी। मुसलमान जिहड़े है उन्हां दी प्यार मुहब्बत होर वधी अपने सिख वीरां नाल कि उन्होंने एडी मुहब्बत का इजहार किया ते गुरद्वारे विच मुसलमानों की उन्होंने रोज़ा अफतारी करवाई। इस तरह देखो हुण पंजाब दे विच जदों ਇਹ ਕਿਸਾਨ ਵੀਰ ਧਰਨਾ ਦੇ ਕੇ ਬੈਠੇ ਸੀ ਅਤੇ ਇਤਜਾਜ ਕਰ ਰਹੇ ਸੀ ਅਤੇ ਮੁਸਲਮਾਨ ਜਿਹੜੇ ਹੈਗੇ ਸਾਡੇ ਉਹਨਾਂ ਨੇ ਸੋਚਿਆ ਕਿ ਅਸੀਂ ਵੀ ਹੁਣ ਆਪਣੇ ਸਿੱਖ ਭਰਾ ਜਿਹੜੇ ਹੈ ਉਹਨਾਂ ਦੇ ਨਾਲ ਭਾਈਚਾਰੇ ਨੂੰ ਵਧਾਈਏ। ਉਹਨਾਂ ਨੇ ਇੱਕ ਲੰਗਰ ਦਾ ਇੰਤਜ਼ਾਮ ਕੀਤਾ, ਉੱਥੇ ਲੰਗਰ ਲਾਇਆ ਤਾਂ ਕਿ ਜਿਹੜੇ ਸਾਡੇ ਕਿਸਾਨ ਵੀਰ ਹੈ ਸਿੱਖ ਭਰਾ ਹੈ ਉਹਨਾਂ ਨੂੰ ਕੋਈ ਮਸਲਾ ਨਾ ਹੋਵੇ, ਉਹ ਆਪਣਾ ਧਰਨਾ ਸਹੀ ਤਰ੍ਹਾਂ ਦੇ ਸਕਣ, ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ, ਉਹਨਾਂ ਨੂੰ ਖਾਣ ਦੀ ਕੋਈ ਦਿੱਕਤ ਨਾ ਆਵੇ। ਅਤੇ ਇਹ ਇੱਕ ਬੜਾ ਵੱਡਾ ਕਦਮ ਹੈ। ਜਦੋਂ ਅਸੀਂ ਦੋਨਾਂ ਬੰਨਿਓ ਮੁਸਲਮਾਨ ਅਤੇ ਸਿੱਖ ਇੱਕ ਦੂਸਰੇ ਦਾ ਖਿਆਲ ਕਰਾਂਗੇ, ਪਿਆਰ ਮੁਹੱਬਤ ਨੂੰ ਅੱਗੇ ਵਧਾਵਾਂਗੇ ਅਤੇ ਉਸੇ ਤਰ੍ਹਾਂ ਸਾਡਾ ਰਿਸ਼ਤਾ ਜਿਹੜਾ ਵੈ ਉਹ ਮਜ਼ਬੂਤ ਹੁੰਦਾ ਜਾਏਗਾ, ਅਸੀਂ ਦੁਬਾਰਾ ਤੋਂ ਭਾਈਆਂ ਤਰ੍ਹਾਂ ਰਹਿਣਾ ਸ਼ੁਰੂ ਹੋ ਜਾਵਾਂਗੇ। ਜਿਸ ਤਰ੍ਹਾਂ ਕਿ 1947 ਤੋਂ ਪਹਿਲੇ ਜਦੋਂ ਇਹ ਬਟਵਾਰਾ ਨਹੀਂ ਸੀ ਹੋਇਆ ਅਤੇ ਮੁਸਲਮਾਨ ਅਤੇ ਸਿੱਖ ਭਰਾਵਾਂ ਤਰ੍ਹਾਂ ਰਹਿੰਦੇ ਸੀ, ਇੱਕ ਦੂਸਰੇ ਦੇ ਦੁੱਖ ਦਰਦ ਦੇ ਵਿੱਚ ਖੁਸ਼ੀ ਵਿੱਚ ਸ਼ਰੀਕ ਹੁੰਦੇ ਸੀ। ਅਤੇ ਬੜੀ ਚੰਗੀ ਸੋਚ ਹੈ, ਬੜੀ ਵਧੀਆ ਸੋਚ ਹੈ। ਮੈਂ ਸਲੂਟ ਪੇਸ਼ ਕਰਨਾ ਮੈਂ ਮੁਸਲਮਾਨਾਂ ਨੂੰ ਵੀ ਜਿਹੜੇ ਇਸ ਤਰ੍ਹਾਂ ਦੇ ਚੰਗੇ ਕੰਮ ਕਰਨ ਡੇ ਹੈ, ਅਤੇ ਸਿੱਖਾਂ ਨੂੰ ਵੀ ਜਿਹੜਾ ਕਿ ਐਡੀ ਚੰਗਾ ਕੰਮ ਕਰਦੇ ਹੈ ਲੋਕਾਂ ਨੂੰ ਨਾਲ ਜੋੜਨ ਵਾਸਤੇ, ਤਾਂ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਨਾਲ ਜੁੜਨ, ਜਿਹੜੀਆਂ ਨਫ਼ਰਤਾਂ ਵੈ ਉਹ ਖਤਮ ਹੋ ਜਾਣ। ਅਤੇ ਸਾਨੂੰ ਵੀ ਚਾਹੀਦਾ ਵੈ ਕਿ ਜਿਹੜੀ ਕੋਈ ਇਸ ਤਰ੍ਹਾਂ ਦੀ ਵੀਡੀਓ ਹੋਵੇ, ਚੰਗੀ ਵੀਡੀਓ ਹੋਵੇ ਸਾਨੂੰ ਹੋਵੇ, ਉਹਨੂੰ ਸ਼ੇਅਰ ਕਰੀਏ ਤਾਂ ਕਿ ਚੰਗਾ ਕੰਮ ਜ਼ਿਆਦਾ ਲੋਕਾਂ ਤੱਕ ਜਾਵੇ, ਬਾਕੀ ਲੋਕਾਂ ਦੇ ਅੰਦਰ ਵੀ ਇਹਦਾ ਸ਼ੌਰ ਫੈਲੇ, ਬਾਕੀ ਲੋਕ ਵੀ ਜਜ਼ਬਾ ਪੈਦਾ ਹੋਵੇ, ਉਹ ਵੀ ਕਹਿਣ ਕਿ ਯਾਰ ਅਸੀਂ ਵੀ ਕੋਈ ਚੰਗਾ ਕੰਮ ਕਰੀਏ। ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਜਨਾਬ ਬਾਕੀ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ, ਮੇਰੇ ਚੈਨਲ ਜਿਹੜਾ ਵੈ ਉਹਨੂੰ ਸਬਸਕ੍ਰਾਈਬ ਕਰੋ ਅਤੇ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ। ਦੁਆਵਾਂ ਵਿੱਚ ਮੈਨੂੰ ਯਾਦ